ਪੇੜ ਕਲੈਪਾਂ ਕਰਕੇ ਚੁੰਬਰ ਕਰਦਾ ਨੀ ਸੋਲੋ ਡੋਲੋ ਬੂਕਰੇ Guess who's back. ਹੈਲੋ ਗਾਈਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਵਲੌਗ ਸਪੈਨ। ਹੋਰ ਭੈਣ ਭਰਾ ਕਿਵੇਂ ਹੋ? ਸਿੱਟਾ ਕੈਮ ਨੇ ਵੀਡੀਓ ਇੰਜੋਏ ਕਰਦੇ ਹੋ? ਜੇ ਕਰਦੇ ਹੋ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ, ਕਮੈਂਟ ਠੋਕੇ ਕਰਿਆ ਕਰੋ ਸਭ ਕੁਝ ਆ, ਠੀਕ ਆ। ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਆਪਣੇ ਰਾਏ ਦਿਆ ਕਰੋ। ਆਪਾਂ ਉਹ ਫੁੱਦੂ ਬਲੌਗਰਾਂ ਵਾਂਗੂ ਥੋੜ੍ਹੀਆਂ ਕੰਜਰਾਂ ਵਾਂਗੂ ਜਿਹੜੇ ਆਪਣੀ ਰਾਏ ਦੇ ਸਕਦੇ ਹਾਂ ਪਰ ਤੁਹਾਡੀ ਰਾਏ ਨਹੀਂ ਸੁਣ ਸਕਦੇ। ਕਮੈਂਟ ਆਫ ਜੇ ਵੋ ਆਪਾਂ ਉਹ ਕੁਝ ਨਹੀਂ ਕਰ ਸਕਦੇ, ਸਹੀ ਆ। ਸੋ ਆਪਾਂ ਕਮੈਂਟ ਆਨ ਰੱਖਦੇ ਜੇ ਆਪਣੀ ਰਾਏ ਦਿਆ ਕਰੋ। ਇਹਨਾਂ ਦੇ ਕਮੈਂਟ ਬੰਦ ਹੁੰਦੇ ਆ, ਇਹ ਸਾਲੇ ਜਾ ਕੇ ਆਪਣੇ ਫਿਰ ਸਾਡੀਆਂ ਵੀਡੀਓ ਦੇ ਕਮੈਂਟ ਪੜ੍ਹਦੇ ਆ ਕੇ ਜੀ ਇੱਥੇ ਧੁੱਕੀ ਕੱਢ ਦਿਆ ਕਰੋ। ਕਮੈਂਟ ਜੋ ਤੁਹਾਡਾ ਦਿਲ ਕਰਦਾ ਕਰਿਆ ਕਰੋ, ਇਹਨਾਂ ਨੂੰ ਜੋ ਵੀ ਤੁਹਾਡੇ ਦਿਲ ਦੇ ਵਿੱਚ ਗੱਲ ਹੁੰਦੀ ਹੈ, ਸਹੀ ਆ। ਸੋ ਬਾਕੀ ਜਿਹੜੀ ਗੱਲ ਆ, ਪਿਛਲੀ ਵੀਡੀਓ ਨੂੰ ਬੜਾ ਪਿਆਰ ਦੇ ਰਹੇ ਹੋ ਤੁਸੀਂ ਮੁਸ਼ਕੀ ਪ੍ਰੀਤ ਨੂੰ, ਹਨਾ? ਧੰਨਵਾਦ, ਬਹੁਤ ਬਹੁਤ ਪਿਆਰ, ਧੰਨਵਾਦ। ਖਿੱਚੋ ਕੰਮ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਯਾਰ। ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਤੁਸੀਂ, ਵੀਡੀਓ ਨੂੰ ਜਿੰਨਾ ਸ਼ੇਅਰ ਕਰੋਗੇ ਉਨਾ ਫਾਇਦਾ ਵਾ। ਸੋ ਬਾਕੀ ਭੈਣ ਭਰਾਵਾਂ ਤੱਕ ਕੋਈ ਪਹੁੰਚਣੀ ਚਾਹੀਦੀ ਹੈ ਜੀ, ਇਹਨਾਂ ਦੀ ਬੇਇੱਜ਼ਤੀ ਰੱਜ ਕੇ ਹੋਣੀ ਚਾਹੀਦੀ ਆ ਵਰਲਡ ਲੈਵਲ, ਪੂਰੀ ਲਾਭ ਆ, ਹਾਂ ਵਰਲਡ ਲੈਵਲ ਤੇ ਲਾਭ ਹੋਣੀ ਚਾਹੀਦੀ ਇਹਨਾਂ ਦੀ। ਪਤਾ ਲੱਗੇ ਵੀ ਹਾਂ ਵੀ ਜਲੂਸ ਕਢਾਉਣ ਆਏ ਆ ਯੂਟਿਊਬ ਦੇ ਉੱਤੇ, ਵੀ ਇਹਨਾਂ ਨੇ ਇਹ ਸਮਝ ਲਿਆ ਕਿ ਜਿਵੇਂ ਇੰਸਟਾਗ੍ਰਾਮ ਤੇ ਗੰਦ ਪਾ ਲਿਆ ਉਵੇਂ ਯੂਟਿਊਬ ਤੇ ਪਾ ਕੇ ਗੰਦ ਚੱਲ ਪਾਂਗੇ। ਨਹੀਂ, ਯੂਟਿਊਬ ਦੇ ਉੱਤੇ ਗੰਦ ਨਹੀਂ ਪੈਣ ਦਿੰਦੇ, ਕਿਉਂਕਿ ਯੂਟਿਊਬ ਉਹ ਪਲੇਟਫਾਰਮ ਆ ਜਿਹਨੂੰ ਹਰ ਇੱਕ ਏਜ ਦਾ ਬੰਦਾ ਦੇਖਦਾ। ਇੰਸਟਾਗ੍ਰਾਮ ਤੇ ਚਲੋ ਕੋਈ ਦੇਖਦਾ ਕੋਈ ਨਹੀਂ ਦੇਖਦਾ, ਯੂਟਿਊਬ ਅੱਜ ਕੱਲ੍ਹ ਹਰ ਇੱਕ ਬੰਦਾ ਦੇਖਦਾ, ਕਿਉਂਕਿ ਵੱਡੇ ਵੀ ਦੇਖਦੇ, ਬਜ਼ੁਰਗ ਵੀ ਦੇਖਦੇ, ਬੱਚੇ ਸਿਆਣੇ ਲਵ ਸਾਹ ਜਿਹੜੇ ਕਪਲ ਕੁਪਲ ਆ ਸਾਰੇ ਦੇਖਦੇ ਆ, ਠੀਕ ਆ। ਕਿਉਂਕਿ ਕੇਬਲਾਂ ਹੈ ਨਹੀਂ ਅੱਜ ਕੱਲ੍ਹ, ਜਵਾਕ ਵੱਧ ਦੇਖਦੇ ਆ, ਕੇਬਲਾਂ ਹੈ ਨਹੀਂ ਗਿਆ, ਤੇ ਇਸ ਚੀਜ਼ ਦਾ ਬੈਡ ਇੰਪੈਕਟ ਪੈਂਦਾ, ਸਿੱਧੀ ਗੱਲ ਹੈ ਬਾਈ। ਸੋ ਬਾਕੀ ਜਿਹੜੀ ਅੱਜ ਦੀ ਵੀਡੀਓ, ਅੱਜ ਦੀ ਵੀਡੀਓ ਟੋਪੇ ਦੇ ਉੱਤੇ ਇਹ ਵੀ ਟੋਪਾ ਹੀ ਆ ਯਾਰ, ਮੁਸ਼ਕੀ ਦਾ ਸਾਥ, ਮੁਸ਼ਕੀ ਦਾ ਐਕਸ ਹਸਬੈਂਡ, ਸਹੀ ਆ। ਇਹਨੇ ਬਣਵਾਇਆ ਗੋਲੀ ਦਾ ਨਿਸ਼ਾਨ, ਹਾਂ ਇਹਨੇ ਬਣਵਾਇਆ ਇਹ ਇੱਕ ਟੋਪਾ ਬੰਦਾ। ਇਹ ਦੇਖੋ ਯੂ ਉਹ ਆ ਗਈ, ਇਹਨੂੰ ਆ ਗਿਆ, ਹਾਏ ਉਹ ਕਿਵੇਂ, ਉਹ ਆ ਗਈ ਇਕੱਲੀ, ਮੈਂ ਕਿਵੇਂ ਪਿੱਛੇ ਰਹਿ ਗਿਆ, ਭੈਣ ਦਾ ਰਵੀ ਆ ਗਿਆ ਪਿੱਛੇ। ਮੈਨੂੰ ਤਾਂ ਲੱਗਦਾ ਇਹ ਵੀ ਗੇਮ ਹੀ ਲਾਦੀ, ਮੈਨੂੰ ਤਾਂ ਹੁਣ ਯਕੀਨ ਹੀ ਨਹੀਂ ਰਿਹਾ ਇੱਦਾਂ ਦੀਆਂ ਚੀਜ਼ਾਂ 'ਤੇ। ਇਹਨਾਂ ਨੇ ਦੇਖਿਆ ਹੋਣਾ, ਬਾਅਦ 'ਚ ਕਰਾਂਗੇ, ਲੋਕਾਂ ਨੇ ਸਮਝ ਜਾਣਾ ਸਟਾਰਟਿੰਗ 'ਚ ਇਹ ਚੀਜ਼ ਕਰਦੇ ਆ ਭੈਣ ਚੁੱਲਕ, ਕਈ ਚੀਜ਼ ਜਲਦੀ ਆਈ, ਜਲਦੀ ਆਈ ਮਿਲਦੀ ਆ, ਜਲਦੀ ਵਿਊ ਪੈ ਜਾਂਦੇ, ਜਲਦੀ ਜੇ ਪੁੱਤਰਾ ਦਵਾਰਾ ਹੁਣ ਇਕੱਠੇ ਹੋ ਗਏ ਨਾ, ਹਾਂ ਦੇਖੀ ਚੱਲੀ ਗੱਲ ਡੰਡਾ। 5.8K ਲੋਕਾਂ ਨੇ ਵੀਡੀਓ ਦੇਖੀ ਹੈ ਯਾਰ, ਕੌਣ ਨੇੜੇ ਇੰਨੇ 5.8K ਹੋਏ ਦੇ ਲਾ, ਆਪਣੇ ਸਾਲੇ ਸਬਸਕ੍ਰਾਈਬਰ ਨਹੀਂ ਵੱਧਦੇ, 730 ਇੱਕ ਦੋ ਕਿੰਨੇ ਇੱਕ ਪਾਈ ਕਿ ਨਹੀਂ ਆਈ, ਇੱਕ ਦੋ ਤਿੰਨ ਪਾਈਆਂ, ਚਾਰ ਪਾਈਆਂ ਸੀ ਇੱਕ ਡਿਲੀਟ ਕਰਤੀ, 700 ਲੈ ਗਿਆ ਸਭ ਮੋਨੇਟਾਈਜ਼, ਜਿੰਨੇ ਤਾਂ ਲੈ ਗਿਆ, ਮੋਨੇਟਾਈਜ਼ ਤਾਂ ਹੋ ਗਏ 500 ਸਬਸਕ੍ਰਾਈਬਰਾਂ ਦੀ ਮੋਨੇਟਾਈਜ਼, ਹਾਂ ਆ ਗਈ ਨਾ, ਉਹ ਵੀ ਆ ਗਏ ਵਾਸ ਟਾਈਮ ਪੂਰਾ ਕਰਤਾ, ਤੋਂ ਹੀ ਕਮਾਈ ਕਰਨ ਜੋ ਕਰਤਾ, ਵੈਰੀ ਗੁੱਡ ਯਾਰ। ਤੁਸੀਂ ਲੋਕ ਕੀ ਨਾ ਇਹਨਾਂ ਨੂੰ, ਹਾਂ ਤੁਸੀਂ ਲੋਕ ਇਹਨਾਂ ਨੂੰ ਵਿਊ ਦਿੰਦੇ ਹੋ, ਜੀ ਘੱਟ ਇਹਨਾਂ ਨੂੰ ਹਵਾ ਦਿੰਦੇ ਹੋ ਕਿ ਹਾਂ ਹਾਂ ਕੋਈ ਚੱਕਰ ਨਹੀਂ, ਵਿਊ ਦੇ ਦੇ ਦੇਖ ਲਿਆ, ਸਬਸਕ੍ਰਾਈਬ ਕਰ ਲਿਆ, ਹਾਂ ਹਾਂ ਉਹ ਦੇਖਿਓ ਖੱਪ ਪਾਉਂਦਾ ਉਹ ਯਾਰ, ਖੱਪ ਪਾਉਣ ਦੇ ਚੱਕਰਾਂ 'ਚ ਗੰਦ ਪਾਉਣ ਲੱਗ ਜਾਂਦੇ ਆ, ਬਾਅਦ ਦੇ ਵਿੱਚ ਆ ਜਾਂਦੇ ਆ ਲੋਕ ਕਹਿਣ ਉਹ ਸਾਡਾ ਯਾਰ ਨੁਕਸਾਨ ਕਰਾਤਾ ਯੂਟਿਊਬ ਕਰਕੇ, ਸਾਡਾ ਇਹ ਕਰਾਤਾ, ਯਾਰ ਤੁਸੀਂ ਆਪਦਾ ਬੜਾਵਾ ਦਿੰਦੇ ਹੋ ਪਹਿਲਾਂ, ਸਹੀ ਗੱਲ ਆ, ਰੋਕੋ ਇਹਨਾਂ ਨੂੰ, ਦੇਖੀ ਗੰਦ ਫੈਲਣ ਹੀ ਨਾ ਦੋ, ਤੁਸੀਂ ਗੰਦ ਤੁਸੀਂ ਇੱਕ ਜਗ੍ਹਾ ਤੇ ਪਿਆ ਉਹਨੂੰ ਚੱਕ ਕੇ ਡਸਟਬਿਨ 'ਚ ਸਿੱਟੋ, ਨਹੀਂ ਇਹ ਗੰਦ ਪਿਆ ਉੱਥੇ ਹੀ ਢੇਰ ਲਾਈ ਜਾਓ, ਬਾਅਦ 'ਚ ਉਹੀ ਗੰਦ ਦੇ ਮੌਸਕ ਤੁਹਾਨੂੰ ਆਉਣਾ, ਉਹਦੀ ਸਮੈਲ ਨੇ ਤੁਹਾਨੂੰ ਹੀ ਤੰਗ ਕਰਨਾ, ਥੋੜਾ ਦਿਮਾਗ ਤੋਂ ਕੰਮ ਲਿਆ ਕਰੋ ਯਾਰ। ਬਾਬਾ ਵੀ ਇਦਾਂ ਹੀ ਆ, ਉਹ ਸੁਧਰਾ ਕਿਉਂ, ਇਹ ਗੱਲ ਉਹਨੂੰ ਪਤਾ ਮੇਰੇ ਵੀ ਉਹਨੇ ਕਾਈ ਜਾਣੇ, ਉਹਦਾ ਦਿੱਲੀ ਵਾਲਾ ਪਹਾੜਾ ਕੂੜੇ ਦਾ, ਉਹਨੂੰ ਪਤਾ ਮੇਰੇ ਵੀ ਉਹ ਆਈ ਜਾਣੇ, ਉਹਨੇ ਉਹ ਨਾ ਪਸੰਦ ਕਰਨ ਵਾਲਿਆਂ ਨੇ ਦੇਖੀ ਜਾਣਾ, ਸਬਸਕ੍ਰਾਈਬ ਵੀ ਕਰੀ ਜਾਣਾ, ਉਹਦੇ ਤੇ ਵੀ ਲੈ ਕੇ ਉਹਨੇ ਜਲਦੀ, ਕੋਈ ਚੱਕਰ ਨਹੀਂ, ਇਹ ਆਰਾਮ ਜੀ ਉਹਨੂੰ ਛੱਡਤਾ, ਉਹਦੇ ਵੀ ਲੈ ਕੇ ਆਵਾਂਗੇ। ਜਿਹੜੀ ਇਹਦੀ ਘਰ ਵਾਲੀ ਸੀ ਮੁਸ਼ਕੀ ਪ੍ਰੀਤ, ਹੁਣ ਇਹ ਨਾ ਮਿਸਿਸ ਬਾਵੀ ਨੇ ਤੈਨੂੰ ਭਾਜੀ ਪਾਈ ਰਿੰਪੜ ਜੇ ਉਹ ਉਧਰ ਆਉਣੇ ਤੇ ਬੁਲਾਈ ਕਰਤਾ, ਭਾਵੀ ਦੀ ਘਰ ਵਾਲੀ ਨੇ, ਅਸੀਂ ਕੋਈ ਭਾਜੀ ਨੀ ਪਾਈ, ਸਾਡਾ ਨਾਂ ਲੈਣ ਦੀ ਲੋੜ ਨੀ,
ਠੀਕ ਆ ਆਪਣੇ ਕੰਮ ਨਾਲ ਕੰਮ ਨਾਲ ਮਤਲਬ ਰੱਖੋ ਜੀ ਆਪਦੇ ਦਮ ਤੱਕ ਇੱਥੇ ਹੈ ਗੰਢੀ ਆਪਦੇ ਦਮ ਨਾਲ ਆਓ ਮੌਕਾ ਨਹੀਂ ਛੱਡਦੇ ਜਾਂ ਮਈ ਕਿ ਵਿਊ ਮਿਲ ਜਾਣਾ ਉਹ ਗੱਲ ਗੋਲ ਨਹੀਂ ਕਿਸੇ ਨੇ ਦੇਖੀ ਹੁਣਾ ਕੋਈ ਐਡੀਟਿੰਗ ਨੀ ਕੋਈ ਕੁਛ ਨੀ ਕੋਈ ਥੰਬਨੇਲ ਨੀ ਬਣਾਇਆ ਵਾ ਬੈਠਾ ਵਾ ਜਿਵੇਂ ਭੈਣ ਚੋ ਪਤਾ ਨੀ ਕਿੱਡੇ ਤਕੜੇ ਆਰਟਿਸਟ ਨੇ ਗਾਣਾ ਨੀ ਕੱਢਿਆ ਹੁੰਦਾ ਦੂਜੀ ਸਪੋਰਟਸ ਲਿਆਉਂਦੇ ਵਿੱਚ ਪਤਾ ਨੀ ਕਿਹੜੇ ਸਪੋਰਟ ਕਰਦੇ ਸਪੋਰਟ ਐਸ ਯੂ ਡਬਲ ਪੀ ਆਰ ਓ ਵਾਲਾ ਤਾਂ ਸੁਣਿਆ ਮੈਂ ਕਿਹੜਾ ਸਾਡਾ ਸਪੋਰਟ ਹੈ ਹਾਂਜੀ ਕੀ ਹਾਲ ਚਾਲ ਸਾਰਿਆਂ ਦੇ ਬਾਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਭ ਠੀਕ ਹੋ ਪਹਿਲਾਂ ਹਾਲ ਚਾਲ ਪੁੱਛ ਲੈ ਫਿਰ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਹਰੇ ਭੈਣ ਭਰਾਵਾਂ ਦੇ ਜੀ ਜੋੜੀ ਬਣੀ ਸੀ ਭੈਣ ਚੋ ਦੋਨਾਂ ਨੂੰ ਲਿਆ ਕਰੋ ਉਹ ਲੈਜੰਡਾਂ ਦੀ ਜੋੜੀ ਲੈਜੰਡਾਂ ਨਾਲ ਹੀ ਬਣਦੀ ਆ ਜਿਵੇਂ ਬਾਵਾ ਅਲਟਰਾ ਪ੍ਰੋ ਮੈਕਸ ਕਿਹਾ ਕਰੋ ਅਲਟਰਾ ਪ੍ਰੋ ਮੈਕਸ ਆ ਟੋਪਾ ਨਾਲੇ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੈ ਲਵਪ੍ਰੀਤ ਗਿੱਲ ਚੈਨਲ ਦਾ ਨਾਮ ਤੁਹਾਨੂੰ ਪਤਾ ਹੈ ਜਿਵੇਂ ਭੈਣ ਚੋ 2 ਕਰੋੜ ਵਿਊ ਨਹੀਂ ਪੈਂਦਾ ਹੁੰਦਾ ਚੈਨਲ ਤੇ ਸਰ ਦੇਖ ਤੋ ਲੋਕਾਂ ਨੇ ਵੀ ਬੋਲਣ ਲੱਗਦੇ ਭੈਣ ਚੋ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਹੋਣਾ ਸਲਾਹ ਅਸੀਂ ਯੂਟਿਊਬ ਸੋ ਕਦੇ ਇੱਦਾਂ ਦਾ ਦਿਨ ਵੀ ਆਊਗਾ ਕਿ ਸਾਡਾ ਚੈਨਲ ਹੋ ਭੈਣ ਦੀ ਆ ਗਿਆ ਲਾਹਨਤਾਂ ਯਾਰ ਅਸੀਂ ਯੂਟਿਊਬ ਤੇ ਚੈਨਲ ਬਣਾਇਆ ਸੀ ਨਾ ਅਸੀਂ ਬਣਾਇਆ ਤਾਂ ਐਵੇਂ ਹੀ ਆ ਮਤਲਬ ਖਪਖਾਨੇ ਦੇ ਵਿੱਚ ਹੀ ਬਣਾਏ ਆ ਚੈਨਲ ਦੋਨੇ ਚੈਨਲ ਇਹ ਵੀ ਤੇ ਵਲੌਗਸ ਪਲੈਨਟ ਵੀ ਰੈਕਟਾਪ ਵੀ ਯੂਟਿਊਬ ਦਾ ਵੀ ਇੱਕ ਸਟੇਟਸ ਆ ਫਿਰ ਵੀ ਉਹੀ ਤਾਂ ਦੱਸਦਾ ਅਸੀਂ ਬਣਾਏ ਐਵੇਂ ਹੀ ਬਣਾਇਆ ਵੀ ਯਾਰ ਅਸੀਂ ਗੱਲਾਂ ਕਰਦੇ ਹੁੰਦੇ ਵੀ ਯਾਰ ਉਹ ਦੇ ਗੰਦ ਪਾਈ ਜਾਂਦੇ ਉਹ ਦੇ ਗੰਦ ਪਾਈ ਜਾਂਦੇ ਭੈਣ ਤੋਂ ਇਹਨਾਂ ਨੂੰ ਵਧੀਆ ਚੱਲੀ ਜਾਂਦਾ ਕੰਮ ਹਨਾ ਵੀ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਵੀ 2-4 ਆਪਣੇ ਭਰਾ ਹੈਗਾ ਰੋਸਟਰ ਹਨਾ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਰੋਕਦਾ ਤੇ ਭੈਣ ਤੁਹਾਡਾ ਦਿਮਾਗ ਫਿਰ ਹੀ ਆਉਂਦੇ ਚੈਨਲ ਉਹਨਾਂ ਵਾਲਿਆ ਚੈਨਲ ਬਣਾਇਆ ਤੁਹਾਡਾ ਸਾਥ ਮਿਲ ਗਿਆ ਤੁਹਾਡੀ ਸਪੋਰਟ ਮਿਲਣ ਲੱਗ ਗਿਆ ਉਹਨਾਂ ਤੁਹਾਡਾ ਪਿਆਰ ਮਿਲਦਾ ਵਧੀਆ ਠੀਕ ਆ ਪਰ ਜਿਵੇਂ ਜਿਵੇਂ ਯੂਟਿਊਬ ਦੇ ਉੱਤੇ ਆਏ ਆ ਨਾ ਪਹਿਲੇ ਦਿਨ ਦੀ ਪਤਾ ਲੱਗ ਗਈ ਪਰ ਸਾਡਾ ਕੋਈ ਐ ਲੰਡੀ ਗੁੱਚੀ ਪਲੈਟਫਾਰਮ ਨਹੀਂ ਹੈਗਾ ਵੀ ਜਿਵੇਂ ਟਕਾ ਟਕਾ ਗਈ ਚੋ ਹੋਰ ਆ ਗਿਆ ਮਜ਼ਾ ਮਾ ਪਤਾ ਨਹੀਂ ਕਿਹੜੇ ਸਾਰੀਆਂ ਐਪਾਂ ਚੱਲਦੀਆਂ ਹੁੰਦੀਆਂ ਸੀਗੀਆਂ ਠੀਕ ਆ ਉਹ ਐਪਾਂ ਨਹੀਂ ਹੈਗੀਆਂ ਬਹੁਤ ਵੱਡਾ ਪਲੈਟਫਾਰਮ ਹੈ ਇੱਥੇ ਰਿਸਪੋਂਸੀਬਿਲਟੀ ਵੀ ਉਨੀ ਵੱਧ ਜਾਂਦੀ ਆ ਉਹ ਇਹਨਾਂ ਦੀ ਕੀ ਰਿਸਪੋਂਸੀਬਿਲਟੀ ਦੇ ਲੈ ਤਾਂ ਨਾ ਥੰਬਨੇਲ ਬਣਾਇਆ ਬਸ ਰਿਕਾਰਡ ਕੀਤੀ ਸਿੱਧੀ ਅਪਲੋਡ ਵਿਊ ਆ ਗਏ ਉਹ ਭੈਣ ਚੋ ਉਦਾਂ ਨਹਾਉਣਾ ਇੰਨਾ ਇਹ ਕੰਮ ਹੋਣਾ ਚਾਹੀਦਾ ਇੱਦਾਂ ਦਾ ਧੁੱਪੇ ਬੈਠਾ ਭੈਣ ਚੋ ਗਰਮੀ ਇਹ ਚੀਜ਼ਾਂ ਕਰਨ ਲੱਗ ਗਏ ਕੱਲ ਨੂੰ
ਕਿਉਂਕਿ ਇੱਕ ਚੀਜ਼ ਹੁੰਦੀ ਹੈ ਮਿਹਨਤ ਦੇਖਦੀ ਹੁੰਦੀ ਆ, ਬੰਦਾ ਕਹਿੰਦਾ ਨਹੀਂ ਯਾਰ ਜਿਹੜਾ ਕੰਮ ਚਲੋ ਕਹੂਗਾ ਮਿਹਨਤ ਵਾਲਾ ਕੰਮ ਆ ਰਹਿਣ ਦੇ, ਹੈ ਨਾ, ਇੰਨਾ ਕਿੱਥੇ ਕਰਾਂਗੇ ਆਪਾਂ ਨੂੰ ਆਉਂਦੀਆਂ ਨੇ ਇਹ ਚੀਜ਼ਾਂ। ਇਹਨਾਂ ਨੂੰ ਦੇਖ ਕੇ ਭੈਣ ਚੋਂ ਅਗਲੇ ਨੇ ਕਹਿੰਦਾ ਲੈ ਉਹ ਕੀ ਪਾਉਂਦਾ, ਸਿੱਧੀ ਰਿਕਾਰਡ ਪਾਈ ਪਾਤੀ ਆਪਾਂ ਵੀ ਉਹਨੂੰ ਪਾਕਿਸਤਾਨ ਦਾ ਸਾਜਿਦ ਕਰਕੇ ਆ ਸਾਜਿਦ, ਉਹ ਬੜੀ ਘੈਂਟ ਵੀਡੀਓ ਮਤਲਬ ਰੀਅਲ ਵਾਲਾ ਕੰਮ ਹੀ ਆ, ਤੇ ਉਹਦਾ ਡਾਇਲੋਗ ਬੜਾ ਘੈਂਟ ਆ, ਉਹਦਾ ਕੈਮਰਾਮੈਨ ਕਹਿੰਦਾ ਸਾਜਿਦ ਭਾਈ ਅਰੇ ਪਿੱਛੇ ਦੇਖੋ ਉਹ ਗੇਟ ਬੰਦ ਹੋ ਗਿਆ ਆਪਣੇ ਆਪ, ਉਹਦਾ ਜਿਹੜਾ ਸਾਜਿਦ ਉਹ ਨਾ ਕਰ ਯਾਰ, ਉਹ ਨਾ ਕਰ ਯਾਰ ਭਰਾ, ਉਹ ਮੈਂ ਤੈਨੂੰ ਕਿਹਾ ਨਾ ਉਹ ਨਾ ਕਰ ਯਾਰ, ਨਹੀਂ ਯਾਰ ਬੋਲਦੇ ਬੜੇ ਘੈਂਟ ਆ, ਉਹ ਨਾ ਭਰਾ ਨਾ ਕਰ ਯਾਰ, ਉਹ ਬੜਾ ਘੈਂਟ ਆ ਭਰਾਵਾ, ਤੇ ਉਹ ਵਾਲਾ ਕੰਮ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਨਾ ਕਰ ਯਾਰ, ਛੱਡ ਦਿਓ ਭੈਣ ਚੋਦੋ ਗੰਦ ਪਾਉਣਾ, ਪੜ੍ਹ ਲੇ ਗੱਲ ਉਹ ਸਾਲੇ, ਉਹ ਕੀ ਤੁਹਾਡਾ ਫਿਊਚਰ ਆ, ਕੀ ਕਰਨਾ ਤੁਸੀਂ ਅੱਗੇ, ਕੁਛ ਹੈ ਤੁਹਾਡਾ, ਵਿਆਹ ਵੀ ਕਰਾ ਲਿਆ ਡਿਵੋਰਸ ਵੀ ਹੋ ਗਿਆ ਭੈਣ ਚੋਦੋ ਬੁੜੇ ਵੀ, ਕਿੱਡਾ ਭੈਣ ਚੋਦ ਖੇ ਪਈ ਫਿਰਦੇ ਆ ਉਹਦੇ ਘਰਦਿਆਂ ਦੇ ਦਿਮਾਗ ਤੇ, ਭੈਣ ਦੇ ਲੋੜ ਸ਼ਰਮ ਹੀ ਨੀ, ਦੇਖ ਤਾਂ ਲੈ ਭੈਣ ਚੱਲ ਵਿਆਹ ਕਰਾਇਆ ਅਗਲੇ ਦਿਨ ਵਾਪਸ ਚਲ ਗਈ ਪਿੰਡੇ ਤੂੰ ਤੂੰ, ਉਹ ਨਾਨੀ ਨਾਲ ਪ੍ਰੈਂਕ ਕਰਦੀ ਫਿਰਦੀ ਆ ਕਹਿੰਦੇ ਫੋਨ ਦੇ ਉੱਤੇ, ਭੈਣ ਚੋ ਜਲੂਸ ਲਾ ਭੈਣ ਚੋਦ ਨੂੰ ਸੁਣੀਏ ਕੀ ਕਹਿੰਦਾ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਵੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਅੱਜ ਆਪਾਂ ਗੱਲ ਕਰਾਂਗੇ ਬੈਡ ਕਮੈਂਟ ਵਾਲਿਆਂ ਦੀ, ਬੈਡ ਮਾਚੇ ਨਾ ਮਨ ਹੈ ਇਹਨਾਂ ਦੀ ਗੇਮ ਹੀ ਆ ਤੇ ਕੋਈ ਅੱਡ ਉੱਡ ਨਹੀਂ ਹੋਈ ਜੂਥ ਵੀਰੂ, ਫਿਰ ਹੋਰ ਕੀ ਅੱਗੇ ਜਾ ਕੇ ਜਲੂਸ ਹੈ ਹੁਣੇ ਇਹਨਾਂ ਨਿਕਲਦਾ ਪਿਆ ਵਾ, ਜੇ ਆਹ ਇੱਕ ਇਹਨਾਂ ਦੇ ਲੱਛਣ ਕਰਕੇ ਆਹ ਕੁਛ ਹੋ ਰਿਹਾ ਵਾ ਤੇ ਦੇਰ ਲੱਗ ਜਾ ਅੱਗੇ ਇਕੱਠੇ ਹੋਊਗਾ ਤੇ ਇਹਨਾਂ ਦੇ ਰੋਸਤ ਕਿਵੇਂ ਦੇ ਹੋਣਗੇ। ਉਹ ਦੇਖ ਤੂੰ ਇੱਕ ਚੀਜ਼ ਨੋਟ ਕੀਤੀ, ਉਹ ਵੀਡੀਓ ਬਣਾਉਂਦੀ ਘਰੇ ਇਹ ਬਣਾਉਂਦਾ ਬਾਹਰ, ਇਹਨੂੰ ਪਤਾ ਜੇ ਮੈਂ ਵੀ ਘਰੇ ਬਣਾਈ ਦੇਖਦੇ ਹੋ ਗਏ ਬਈ ਜਲੂਸ ਏਡਾ ਕੁ ਨਿਕਲੂਗਾ ਨਾ, ਨਿਕਲਣਾ ਤਾਂ ਵੀ ਹੈ ਨਿਕਲਣਾ ਤਾਂ ਵੀ ਹੈ, ਹੁਣ ਤਾਂ ਹੁਣ ਤੁਸੀਂ ਇਹ ਕਰ ਲਓ ਹੁਣ ਸੱਚੀ ਅਲੱਗ ਅਲੱਗ ਹੋ ਜਾਓ, ਹੁਣ ਇਕੱਠੇ ਨਾ ਹੋ ਜਾਓ ਕਿਤੇ ਵੀਡੀਓ ਦੇ ਵਿੱਚ, ਭੈਣ ਸਿੱਧੋ ਬਾਹੀ ਪਾਣੀ ਆ ਤੇਰੇ ਕਿਸੇ ਨਾ ਕਿਸੇ ਨੇ ਪੂਰੀ ਧੁਰ ਤੱਕ, ਸਹੀ ਆ ਕਿ ਨਹੀਂ ਡਰਾਮਾ ਬਣਾਇਆ ਵਿਆਹ ਨੂੰ ਤੁਸੀਂ ਭੈਣ ਚੋ, ਜਿਹੜੇ ਪਿਆਰ ਕਰਦੇ ਆ ਵਧੀਆ ਸਪੋਰਟ ਕਰਦੇ ਆ ਉਹਨਾਂ ਤੇ ਬਸ, ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ, ਦੇਖੇ ਆ ਇਹ ਨੀ ਕਹਿੰਦੇ ਵੀ ਨਹੀਂ ਦੇਖੇ, ਬਾਬਾ ਯਾਰ ਕਾ ਦੇਖਿਆ, ਹਾਂ ਬਾਬਾ ਦੇਖਿਆ ਤਾਂ ਦੇਖੇ ਆ, ਪਰ ਹੋਰ ਵੀ ਪ੍ਰਜਾਤੀਆਂ ਨੇ ਓਦਾਂ ਦੀਆਂ ਬਈ ਭੈਣ ਚੋ, ਉਹ ਤਾਂ ਚੱਲ ਨਹਾ ਨੂ ਲੈਂਦਾ ਮਾੜਾ ਮੋਟਾ, ਇਹ ਤਾਂ ਨਹਾਉਂਦੇ ਹੀ ਨੀ ਜਾਲੇ, ਏਦਾਂ ਹੀ ਬਹਿ ਜਾਂਦੇ ਆ ਮੂੰਹ ਚੱਕ ਕੇ, ਬਾਬੇ ਨੂੰ ਬਾਬਾ ਫਿਰ ਛਿੱਤਰ ਖਾ ਸਕਦਾ, ਹੁਣ ਬਾਬੇ ਨੇ ਛਿੱਤਰ ਪੈਣੇ ਆ, ਕਿਹੜੀ ਗੱਲੋਂ ਆਂਡਾ ਆਂਡਾ ਤੂੰ ਕਿਹੜੀ ਗੱਲੋਂ ਕਹਿ ਰਹੇ, ਕਿਹੜਾ ਆਂਡਾ, ਮੈਂ ਤਾਂ ਆਂਡੇ ਕਰਕੇ ਕਹਿ ਰਿਹਾ ਆਮਲੇਟ ਕਰਕੇ,
ਇਹਦਾ ਇਹ ਲਿਫਟ ਕੱਲ ਪਰਸੋਂ ਦਾ ਵਲੌਗ ਪਾਈ ਮੈਨੂੰ ਕਲਿੱਪ ਪੇਸ਼ ਹੋਇਆ ਸੀ, ਮੈਂ ਕਿਹਾ ਕੀ ਕਰੀ ਜਾਂਦਾ ਕੁਰਸੀਆਂ ਭਰੀ ਜਾਂਦਾ, ਲਿਖਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅੱਜ, ਔਰ ਬੰਦੇ ਜੀ ਖੜੇ ਆ ਨਾਲ, ਆਹੋ ਕੁਛ ਨੀ ਬਲੌਗ ਸਾਹਿਬ ਅੰਮ੍ਰਿਤਸਰ ਗਿਆ ਟ੍ਰੇਨ ਤੇ ਬਸ ਉੱਥੇ ਕਹਿੰਦਾ ਦਾੜੀ ਆਇਆ ਕੋਈ ਨਾਲ ਲੰਘਦਾ ਪਿਆ ਮੁੰਡਾ ਅਨਨੋਨ ਸੀ ਤੈਨੂੰ ਜਾਣਦਾ ਸੀ ਉਹਦੇ ਨਾਲ ਜਿਹੜਾ ਬਾਬੇ ਦੇ ਨਾਮ ਹੁੰਦਾ ਸੀ ਆਸਿਫ ਜੀ, ਉਹ ਇਹ ਬੋਲਦੇ ਆਸਿਫ ਜੀ ਕਲਿੱਪ ਸੇਵ ਕਰ ਲਈ ਚੱਲ ਬਾਬੇ ਤੇਰੇ ਗੁੱਲਾ ਵੇਖਦਾ ਗੁੱਲਾ, ਹੋਰ ਤੋਂ ਹੋਰ ਸਾਰਿਆਂ ਦੇਖ ਆਂਡਾ ਮੈਨੂੰ ਆਮਲੇਟ ਬਣਾ ਕੇ ਦੇ, ਮੈਨੂੰ ਆਮਲੇਟ ਬਣਾ ਕੇ ਦੇ, ਹੁਣੇ ਪਿੰਡ ਚੋਂ ਬਾਬੀ ਨੇ ਆਮਲੇਟ ਬਣਾ ਕੇ ਦਿੱਤਾ, ਆਹ ਰਸੋਈ ਆ ਨਾਲ ਕੰਧ ਆ, ਆਹ ਕੰਧ ਤੇ ਉਹ ਪੂਜਾ ਕਰਦੇ ਆ ਜੋਤ ਲਾਉਂਦੇ ਆ ਸਭ ਕੁਛ ਕਰਦੇ ਆ, ਉੱਥੇ ਆਮਲੇਟ ਬਣਾ ਸਭ ਕਦੇ ਤਾਂ ਆਮਲੇਟ ਲਿਆ ਬਾਹਰ, ਇੱਥੇ ਜੋਤ ਲਾਉਂਦੇ ਆ, ਇੱਥੇ ਫਿਰ ਗੰਨ ਲੱਗ ਗਿਆ ਵਿੱਚ ਆਪਦੀ ਕੁੜੀ ਨੂੰ ਆਹ ਸੰਸਕਾਰ ਦੇ ਰਿਹਾ ਉਹ, ਜੇ ਕਿਸੇ ਜਥੇ ਬੰਦੇ ਆ ਭੇਜਾਂਗੇ ਕੋਈ ਚੱਕਰ ਨਹੀਂ, ਤੇਰੀ ਮੈਂ ਬੁੰਡ ਪੜਵਾਉਣੀ ਆ ਬਾਬੇ ਤੂੰ ਦੇਖੀ ਆ ਵੀ ਕਰੇ ਨਾ, ਇਹ ਤਾਂ ਵੀ ਆਪਦੀ ਹਰਕਤਾਂ ਨਾਲ ਹੀ ਪੜਵਾਈ ਜਾਣੀ ਇਹਨੇ ਲੋਕਾਂ ਤੋਂ, ਉਹ ਵੀ ਕਲਿੱਪ ਸੇਵ ਕਰ ਲਿਆ ਸੀ ਆਂਡਾ ਖਾਧਾ ਜਿਹੜਾ ਇਹਨੇ ਉੱਥੇ ਬਹਿ ਕੇ, ਕੀ ਆਪਦਾ ਡਿਲੀਟ ਕਰਦੇ ਸਾਡੇ ਕੋਲ ਤਾਂ ਡਿਲੀਟ ਹੁੰਦਾ ਸਾਡੇ ਕੋਲ ਤਾਂ ਪਿਆ ਹੀ ਆ, ਤੇਰੀ ਪੂਰੀ ਦੌੜ ਲਗਾਉਣੀ ਆ ਦੇਖੀ ਚੱਲ ਪੁੱਛ ਕੀ ਰਿਹਾ ਉਹਨਾਂ ਤੇ, ਛੋਟੀ ਜਿਹੀ ਵੀਡੀਓ ਬਣਾਈ ਆ ਆਪਾਂ ਭੈਣ ਸਾ ਛੋਟੀ ਆ, 10 ਮਿੰਟ ਖਰਾਬ ਕਰਤੇ ਲੋਕਾਂ ਦੇ, ਨਾ ਕਰਿਓ ਦੇਖ ਕੇ ਜਾਇਓ, ਸਭ ਤੋਂ ਪਹਿਲਾਂ ਗੱਲ ਕਰਦੇ ਆ ਕਮੈਂਟ ਵਾਲਿਆਂ ਦੀ, ਕਮੈਂਟ ਵਾਲਿਆਂ ਦੀ ਦੇਖੋ ਭਰਾ, ਜਿਹੜੀਆਂ ਮੇਰੀਆਂ ਵੀਡੀਓ ਹੁੰਦੀਆਂ ਕੋਈ ਉਹਨਾਂ ਵੀਡੀਓ 'ਚ ਮੈਂ ਗੰਦ ਨਹੀਂ ਪਾਉਂਦਾ ਹਨਾ, ਜਾਂ ਕਿਸੇ ਸਕ੍ਰਿਪਟ ਲਿਖੀ ਫਿਰਦਾ ਉਹਦੀ ਪੂਰੀ ਫੀਲਿੰਗ, ਜਿਹੜੀਆਂ ਮੇਰੀਆਂ ਵੀਡੀਓ ਹੁੰਦੀਆਂ ਗੰਦ ਨਹੀਂ ਹੁੰਦਾ ਚੁੱਕੀ ਸੁਣ ਗਿਆ ਮਾਹਾਂ ਗੰਦ ਹੁੰਦਾ, ਤੂੰ ਇਹ ਦੇਖ ਅਸੀਂ ਭੈਣ ਚੋਦ ਬੰਦੇ ਕੀ ਇਹ ਭੈਣ ਚੋਦ, ਭੈਣ ਚੋਦ ਤਾਂ ਲਾਹ ਪਾਵੀ ਸਾਲੀ ਲਿਖ ਕੇ ਕਰਾਉਣੀ ਪਵੇ ਲਾਹਣ ਤਾਂ, ਹਾਂ ਵੀ ਪੂਰਾ ਲਿਖ ਰਿਹਾ ਐਨ ਸਕ੍ਰਿਪਟ ਕੀਤਾ ਹੋਇਆ ਕੰਮ ਭੈਣ ਚੋਦ ਕੀ ਇਹ 'ਚ, ਹਾਂਜੀ ਧੰਨਵਾਦ ਗਾਈ ਜਿਹੜੇ ਮੈਨੂੰ ਪਿਆਰ ਕਰਦੇ ਆ, ਜਿਹੜੇ ਬੈਡ ਕਮੈਂਟ ਵਾਲੇ ਆ ਪਲੀਜ਼ ਬੈਡ ਕਮੈਂਟ ਨਾ ਕਰਿਆ ਕਰੋ, ਮੈਨੂੰ ਕਮੈਂਟ ਦੱਸੋ ਸੁਝਾਅ ਦਿਓ ਮੈਂ ਕਿੱਦਾਂ ਦੀ ਵੀਡੀਓ ਬਣਾਵਾਂ, ਮੈਂ ਉੱਦਾਂ ਦੀਆਂ ਬਣਾ ਲਿਆ ਕਰੂੰਗਾ, ਠੀਕ ਆ ਵੀ ਘਰ 'ਚ ਮੰਮ ਭੈਣਾਂ ਸਾਰੇ ਕਮੈਂਟ ਪੜ੍ਹਦੇ ਆ ਗੱਲ ਖਤਮ ਆ ਵੀਡੀਓ ਖਤਮ, ਅਗਲੇ ਬੈਡ ਕਮੈਂਟ ਕਰਨ ਵਾਲਿਆਂ ਨੂੰ ਵੀ ਇੱਦਾਂ ਹੋਊਗਾ, ਠੀਕ ਆ ਯਾਰ ਭਰਾ ਕਿਹਾ ਬੰਦੇ ਨੇ, ਬੰਦਾ ਕਹਿੰਦਾ ਉਹ ਆਹ ਚੀਜ਼ ਸੁਧਾਰ ਲਾ ਆਹ ਸੁਧਾਰ ਲਾ, ਬੰਦਾ ਗੱਲ ਮਿਲ ਜਾਂਦਾ, ਕੋਈ ਵੀ ਭੈਣ 'ਚੋਂ ਡੰਡਾ ਲੈ ਕੇ ਮਗਰ ਤਾਂ ਪੈਂਦਾ ਨਹੀਂ, ਠੀਕ ਆ ਭੈਣ 'ਚੋਂ ਉੱਦਾਂ ਨੇ 10 ਮਿੰਟ ਦੀ ਵੀਡੀਓ ਬਣਾ ਦਿੱਤੀ ਆਹੀ ਗੱਲ ਕਹਿਣ ਲੱਗੇ ਨੇ, ਉਹਨੇ ਬੈਡ ਕਮੈਂਟ ਵਾਲੇ ਸਬਸਕ੍ਰਾਈਬ ਕਰ ਲਓ ਭੈਣ ਚੋ, ਜੇ ਲੰਬੇ ਖਿੱਚੇਗਾ ਫਿਰ ਤਾਂ 20 ਮਿੰਟ ਦੀ ਬਣਾ ਲਾ ਚਾਹੇ, ਉੱਧਰੋਂ ਮੁਸਕੀ ਪ੍ਰੀਤ ਪਤਾ ਨਹੀਂ ਰਜਿਸਟਰ 'ਤੇ ਲਿਖੀ ਭੇਜ ਦਿੰਦੀ ਹੈ ਉਹੀ ਪੇਜ ਜਾ ਵੜ ਕੇ ਲਿਟ ਦਿੰਦੀ ਹੋਣੀ ਆ, ਗਲੀ 'ਚ ਚੱਕ ਲਿਆਉਂਦਾ ਆਪਣਾ ਭੋਸੜੀ ਦਾ ਇਹ ਫੜਨ ਲੱਗ ਜਾਂਦਾ ਹੋਣਾ, ਉਹੀ ਗੀਤ ਅੱਜ ਕਹਿੰਦਾ ਵਲੋਗ, ਅੱਜ ਮਾਵਾਂ ਭੈਣਾਂ ਨੂੰ ਗਾਲਾਂ ਨਹੀਂ ਦਿੰਦਾ, ਮੇਰੀਆਂ ਵੀਡੀਓ ਨੋਰਮਲ ਹੁੰਦੀਆਂ ਤੁਹਾਨੂੰ ਪਤਾ ਹੀ ਆ, ਨੋਰਮਲ ਆ ਭੈਣ ਚੋ ਵਿਆਹ ਕਰਾਇਆ ਦੋਸਤੀ ਯਾਰ, ਮੈਂ ਤੁਹਾਡਾ ਕੀ ਮਾੜਾ ਕੀਤਾ ਇਹ ਦੱਸੋ ਪਹਿਲਾਂ, ਪਵਿੱਤਰ ਰਿਸ਼ਤਾ ਖਰਾਬ, ਕੁਛ ਮਾੜਾ ਕੀਤਾ ਮੈਂ ਤੁਹਾਡਾ, ਤੁਹਾਨੂੰ ਕੁਛ ਕਿਹਾ, ਤੁਹਾਡੇ ਨਾਲ ਕੋਈ ਲੜਨ ਲਈ ਵੀਡੀਓ ਨਹੀਂ ਪਾ ਰਿਹਾ ਮੈਂ ਇਹ, ਵੀ ਤੁਹਾਡੇ ਨਾਲ ਹੈ ਨਾ ਵੀ ਤੁਹਾਨੂੰ ਮੈਂ ਅਲਰਟ ਕਰ ਰਿਹਾ ਵੀ ਹਾਂ ਮੈਂ ਲੜੂੰਗਾ ਤੁਹਾਡੇ ਨਾਲ, ਲੜਨ ਵਾਸਤੇ ਨਹੀਂ ਭੈਣ ਚੋ ਤੁਹਾਡੇ ਨਾਲ ਮੈਂ ਲੜੂੰਗਾ, ਪਤਾ ਮੇਰੀ ਵੀਡੀਓ ਨਹੀਂ ਗਲਤ ਹੈਗੀਆਂ, ਤੂੰ ਮੈਸੇਜ ਕੀ ਦੇ ਰਿਹਾ, ਤੂੰ ਇਹ ਤਾਂ ਦੇਖ ਲਿਆ ਪਹਿਲਾਂ ਲਵ ਸਟੋਰੀਆਂ ਸੁਣਾਈਆਂ, ਠੀਕ ਆ ਭੈਣ ਚੋ ਬੱਸ ਅੱਡਿਆਂ ਦੇ ਪਿੱਛੇ ਜਾ ਜਾ, ਜਿਵੇਂ ਤੂੰ ਕਹਿੰਦਾ ਨਾ ਮੈਂ ਲਵ ਮੇਰੀ ਆਵਾਜ਼ ਕੀ ਚੱਲੀ ਬੱਸ ਅੱਡੇ ਪਿੱਛੇ, ਬੱਸ ਅੱਡੇ ਡਾਂਗ ਪਤਾ ਕਿੰਨੀ ਫਿਰਦੀ ਹੁੰਦੀ ਆ ਸਾਨੂੰ ਇਹ ਵੀ ਪਤਾ, ਤੂੰ ਗਾਲਾ ਪਤਾ ਕਿਉਂ ਕਰ ਰਿਹਾ, ਠੀਕ ਆ ਤੂੰ ਆਪਦੀ ਵੀਡੀਓ 'ਚ ਗਾਲ ਨਹੀਂ ਕੱਢੀ ਕਿਸੇ ਨੂੰ ਮਾੜਾ, ਬੱਸ ਅੱਡੇ ਉਹ ਵੀ ਫਿਰਦੀ ਹੁੰਦੀ ਭੈਣ ਚੋ, ਉਹ ਕਰਿੰਦਾ ਜੋਤ
ਗਾਲਾ ਖਾਣਾ ਕਿਉਂ ਪਿਆ ਤੂੰ? ਗਾਲਾ ਖਾ ਰਿਹਾ ਤੂੰ? ਜਿਹੜਾ ਏਡਾ ਵੱਡਾ ਰਿਸ਼ਤਾ, ਇੰਨੀ ਮਹਾਨ ਚੀਜ਼ ਮਿੱਟੀ ਕਰਤੀ ਤੁਸੀਂ ਲੋਕਾਂ ਨੇ, ਸਹੀ ਗੱਲ, ਉਹ ਚੀਜ਼ਾਂ ਖਾਤਰ ਗਾਲਾ ਖਾ ਰਿਹਾ? ਹੋਰ ਤੇਰੇ ਭੈਣ ਚੋਦ ਕਾਹਦੇ ਖਾਤਰ ਪੈਂਦੀਆਂ? ਨਹੀਂ ਮੇਨ ਚੀਜ਼ ਇਹ ਵੀ ਹੈ ਨਾ ਯਾਰ, ਬੰਦਾ ਭੈਣ ਚੋ ਹੋਵੇ ਕਿ ਤੁਸੀਂ ਇੱਕ ਪਵਿੱਤਰ ਰਿਸ਼ਤੇ ਨੂੰ ਦਿਖਾ ਕੀ ਰਹੇ ਹੋ ਅੱਗੇ ਯੂਟਿਊਬ ਦੇ ਉੱਤੇ? ਤੁਹਾਨੂੰ ਦੇਖ ਕੇ ਕੱਲ੍ਹ ਨੂੰ ਸਾਲਾ ਹੋਰ ਲੋਕੀ ਕਿ ਵਿਆਹ ਕਰਾ ਲਓ, ਓਦਾਂ ਜੇ ਨਹੀਂ ਦਿੰਦੀ ਪਈ ਇੱਕ ਦਿਨ ਲਈ ਵਿਆਹ ਕਰਾ ਲਾ, ਅਗਲੇ ਦਿਨ ਜਾ ਲੈ ਕੇ, ਮੈਂ ਤਾਂ ਲੈਣੀ ਸੀ ਲੈ ਕੇ ਵਿਆਹ ਕਰਾ ਘਰ ਆ, ਮੈਂ ਤਾਂ ਬਸ ਲੈਣੀ ਸੀ ਇੰਸਟਾਗ੍ਰਾਮ ਵੀ ਵਧੀਆ, 30-40 ਕੇ ਵੀਡੀਓ ਦੇ ਵਿਊਜ ਆਉਂਦੇ, ਰੀਲਾਂ ਦੇ ਵਧੀਆ ਲਾਈਕ ਆਉਂਦੇ ਨੇ, ਸਭ ਕੁਛ ਅਗਰ ਅਸੀਂ ਉੱਥੇ ਘੱਟ ਸ਼ੇਅਰ ਕਰਦੇ ਹਾਂ ਚੈਨਲ ਆਪਣਾ, ਸਾਨੂੰ ਆਏ ਹਾਂ ਯਾਰ ਯੂਟਿਊਬ ਵਾਲੀ ਫੈਮਿਲੀ ਯੂਟਿਊਬ ਤੱਕ ਰਵੇ ਵਧੀਆ ਵਾ, ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਇੰਸਟਾਗ੍ਰਾਮ ਤੋਂ ਵੀ ਪੈਸੇ ਕਮਾ ਲਈਏ, ਸਨੈਪਚੈਟ ਤੋਂ ਵੀ ਪੈਸੇ ਕਮਾ ਲਈਏ, ਯੂਟਿਊਬ ਵਾਲੀ ਫੈਮਿਲੀ ਕਮਾ ਗਈ, ਨਹੀਂ ਉਹ ਅਲੱਗ ਫੈਮਿਲੀ ਵਾਲਾ ਕੰਮ ਆ, ਜਿਹਨਾਂ ਨੇ ਜੁੜਨਾ ਉਹ ਆਪ ਮੰਗ ਲੈਂਦਾ ਬਈ ਤੁਹਾਡਾ ਅਕਾਊਂਟ ਕਿਹੜਾ ਹੀ ਦੇ ਦਿੰਦੇ ਆ, ਠੀਕ ਆ, ਜਾਂ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੀ ਆ, ਪਰ ਇਹ ਇਹਨਾਂ ਦੇ ਭੈਣ ਚੂਦਾ ਨੇ ਡੰਡਾ ਦੇ ਕੇ ਭਜਾਇਆ ਕਰੋ, ਤੁਸੀਂ ਇਹਨਾਂ ਨੂੰ ਸਪੋਰਟ ਨਾ ਕਰਿਆ ਕਰੋ, SPORT ਵਾਲੀ ਸਪੋਰਟ ਨਾ ਕਰਿਆ ਕਰੋ, ਸਿਰਫ ਸਮਝਾਉਣ ਵਾਸਤੇ, ਠੀਕ ਹੈ, ਕਿਉਂਕਿ ਮੇਰੇ ਘਰ ਦੇ ਵੀ ਵੀਡੀਓ ਦੇਖਦੇ ਹੁੰਦੇ ਆ, ਮੇਰੇ ਰਿਸ਼ਤੇਦਾਰ ਵੀ, ਤੁਹਾਡੇ ਘਰ ਦੇ ਵੀ, ਤੁਹਾਡੇ ਰਿਸ਼ਤੇਦਾਰ ਵੀ ਦੇਖਦੇ ਹੋਣਗੇ, ਉਹ ਕੀ ਸੋਚਦੇ ਹੋਣਗੇ ਨਾ ਤੁਸੀਂ ਇੰਨੀਆਂ ਗਾਲਾਂ ਕੱਢਦੇ ਹੋ, ਤਾਂ ਕਰਕੇ ਕਮੈਂਟ 'ਚ ਗਲਤ ਨਾ ਬੋਲਿਆ ਕਰੋ। ਬਾਕੀ ਰਹੀ ਗੱਲ ਮਜ਼ਾਕ, ਇੰਨਾ ਨਾ ਚੁੱਕੋ ਭਰਾ ਮੇਰਿਓ, ਕਿਉਂਕਿ ਦੁੱਖ ਸੁੱਖ ਇਨਸਾਨ 'ਤੇ ਹੀ ਆਉਂਦਾ, ਠੀਕ ਹੈ, ਆਉਂਦਾ ਹੀ ਰਹਿੰਦਾ, ਤੁਹਾਨੂੰ ਪਤਾ ਹੀ ਹੈ ਮਤਲਬ ਬੋਲਾਂ ਦਰਤਾ ਆਇਆ ਵੀ ਨਹੀਂ ਜਲਦੀ ਹੋ ਜਾ ਸੁੱਖ ਦੁੱਖ, ਨੋ ਡਾਊਟ ਵੀ ਸੁੱਖ ਦੁੱਖ ਬੰਦੇ ਦੇ ਆਉਂਦਾ, ਠੀਕ ਆ, ਪਰ ਤੁਸੀਂ ਆਪ ਤੇ ਸ਼ਰਮ ਕਰੋ, ਇਹ ਚੀਜ਼ਾਂ ਇਹ ਤਾਂ ਇਹਨਾਂ ਨੇ ਆਪ ਤਿਆਰ ਕੀਤੀਆਂ ਹੋਈਆਂ, ਕੁਦਰਤੀ ਦੁੱਖ ਤੁਹਾਨੂੰ ਆਇਆ, ਕੁਦਰਤੀ ਜੋੜਾ ਹੈ, ਜੇ ਹੁਣ ਮੈਨੂੰ ਪਤਾ ਯਾਰ ਮੈਂ ਕਿਸੇ ਨਾਲ ਰਿਲੇਸ਼ਨ 'ਚ ਆ, ਠੀਕ ਆ, ਵੈਸੇ ਤਾਂ ਇਹ ਹੈ ਨਹੀਂ ਗੇ ਛੜੇ ਛਾਂਡਾ, ਜੇ ਅਪਰੋਚ ਕਰਨੀ ਆ ਦਿਮਾਗ ਤੋਂ ਕੰਮ ਲਓ, ਸਿਰਫ ਬੇਤੁਕੇ ਕਪਲਾਂ ਨੂੰ ਜਾਂ ਬੇਤੁਕੇ ਕੰਟੈਂਟ ਨੂੰ ਸਪੋਰਟ ਨਾ ਕਰੋ, ਬਿਲਕੁਲ, ਕਿਉਂਕਿ ਜੇ ਵਾਹਿਗੁਰੂ ਆਪਣੇ 'ਤੇ ਇਕੱਲਾ ਸੁੱਖ ਰੱਖੋ ਤਾਂ ਬੰਦਾ ਵਾਹਿਗੁਰੂ ਨੂੰ ਅਤੇ ਦੁੱਖ ਨੂੰ ਯਾਦ ਨਹੀਂ ਕਰਦਾ, ਇਹ ਪਤਾ ਨਾ ਤੁਹਾਨੂੰ, ਉਹਨੂੰ ਇੱਦਾਂ ਲੱਗਦਾ ਹੁੰਦਾ ਵੀ ਵਧੀਆ ਚੱਲਦਾ ਪੀਕ ਟਾਈਮ ਦੁੱਖ ਯਾਦ ਕਰੀਆਂ,
ਚਾਹੇ ਜਿੱਡਾ ਮਰਜੀ ਬੰਦਾ ਪੀ ਕੇ ਹਰ ਕੋਈ ਰੱਬ ਨੂੰ ਯਾਦ ਕਰਦਾ ਹੀ ਆ, ਬਿਲਕੁਲ ਹਰ ਕੋਈ ਕਰਦਾ। ਠੀਕ ਆ, ਇਹ ਆ ਕੇ ਵੱਡੀਆਂ ਮੱਤਾਂ ਨਾ ਦੇਵੇ ਸਾਲਿਆ, ਤੂੰ ਏਡਾ ਕੋਈ ਉਹ ਨਹੀਂ ਹੈਗਾ, ਖੱਬੀ ਖਾਨ ਨਹੀਂ ਹੈਗਾ, ਤੂੰ ਇੱਕ ਲੰਡੂ ਬੰਦਾ ਹੀ ਆ। ਵਿਆਹ ਕਰਾਇਆ ਕਿਸੇ ਦੀ ਕੁੜੀ ਵੀ ਆਈ ਆ ਤੇ ਕਿਸੇ ਦੀ ਉਹ ਕੁੜੀ ਬੇਸ਼ਰਮ ਜਿਹੜੀ ਤੇਰੇ ਨਾਲ ਭੱਜੀ ਆ, ਤੁਸੀਂ ਦੋਨੇ ਬੇਸ਼ਰਮ ਜਿਹੜੇ ਬੱਸ ਅੱਡਿਆਂ ਦੇ ਵਿੱਚ ਇੱਕ ਜਾ ਕੇ ਆਸ਼ਕੀਆਂ ਮਾਰਦੇ ਹੋ। ਬੱਸ ਅੱਡੇ ਵਿੱਚ ਕਿਹੜੀਆਂ ਕੁੜੀਆਂ ਨੇ ਬਾਈ? ਚੱਲ ਪਹਿਲਾਂ ਮੈਨੂੰ ਇਹ ਕਮੈਂਟ ਇਸ ਗੱਲ ਦਾ ਰਿਪਲਾਈ ਦੇ ਦੀ, ਕਮੈਂਟ ਕਰ ਦੀ, ਬੱਸ ਅੱਡੇ 'ਚ ਕਿਹੜੀਆਂ ਕੁੜੀਆਂ ਜਾਂਦੀਆਂ ਨੇ? ਜਿਹੜੀ ਕੁੜੀਆਂ ਕੋਲ ਕਨਵਿੰਸ ਨਹੀਂ ਹੈਗੀ, ਜਿਹੜੀ ਕੁੜੀ ਦੇ ਫੈਮਿਲੀ ਮੈਂਬਰ ਹੋ ਗਏ, ਡੈਡੀ ਹੋ ਗਏ, ਭਰਾ ਹੋ ਗਿਆ, ਉਹ ਛੱਡਣ ਆਉਣ ਜਾਣ ਨੇ।